ਪਹਾੜੇ ਦੀਆਂ ਇੱਟਾਂ ਟੋਂਦਾ ਸੀ, ਨਾ ਰਾਤੀ ਖਾਂਦਾ ਨਾ ਦਿਨੇ ਲੀੜੇ ਧੋਂਦਾ ਸੀ। ਰਾਤ ਲਈ ਇੰਨਾ ਨਹੀਂ ਸੀ ਬਚਦਾ ਕਿ ਉਹ ਖਾ ਲੈਂਦਾ, ਤੇ ਦਿਨ ਨੂੰ ਇੰਨਾ ਵੇਲ ਨਹੀਂ ਸੀ ਲੱਭਦਾ ਕਿ ਉਹ ਗਲ ਦੇ ਲੀੜੇ ਤੋਂ ਤੁਲਾ ਲੈਂਦਾ, ਤੇ ਪਾੜ ਧੋਣਾ ਉਹਦਾ ਮੁਕੱਦਰ ਸੀ। ਉਹਤੇ ਕਿ ਉਹਦੇ ਸਰੀਰ ਦਾ ਹਰ ਅੰਗ ਪਾਰ ਚੁੱਕੀ ਫਿਰਦਾ ਸੀ, ਉਹਦੇ ਸਿਰ ਤੇ ਬੋਝ ਪਰੀਆਂ ਦਾ ਤੇ ਮੋਢਿਆਂ ਤੇ ਆਪਣੀ ਲੜ ਲਾਇਆ ਦਾ ਮੱਥੇ ਭਾਰ ਲੇਖਾਂ ਦਾ, ਇਹ ਜਹਿਨ ਤੇ ਭੋਜ ਖਿਆਲਾਂ ਦਾ, ਦਿਲ ਦੇ ਗਮਾਂ ਫਿਕਰਾਂ ਦਾ, ਪਲਕਾਂ ਤੇ ਉਹਨਾਂ ਹੰਝੂਆਂ ਦਾ ਜਿਹੜੇ ਤੁਕ ਤੁਕ ਬਲਦੇ ਸਨ ਤੇ ਬਲ ਬਲ ਤੁਕਦੇ ਸਨ, ਬੁੱਲਾਂ ਤੇ ਉਹਨਾਂ ਹਾਸਿਆਂ ਦਾ ਜਿਹੜੇ ਤੜਫਦੇ ਸਨ, ਖਿੰਡਦੇ ਨਹੀਂ ਸਨ, ਪੈਰਾਂ ਤੇ ਮਜਬੂਰੀਆਂ ਦਾ ਪਾਰ ਸੀ। ਮੁੱਖ ਦੀ ਗੱਲ ਇਹ ਹੈ ਕਿ ਉਹ ਸਿਰ ਤੋਂ ਲੈ ਕੇ ਪੈਰਾਂ ਤਾਹੀਂ ਇੱਕ ਤੁਰਦਾ ਫਿਰਦਾ ਪਾਰ ਸੀ, ਤੇ ਇਸ ਹੀ ਪਾਰ ਦਾ ਨਾਂ ਪਾਂਡੀ ਸੀ। ਨਾਂ ਤੇ ਉਹਦਾ ਜ਼ਰੂਰ ਕੁਝ ਹੋਵੇਗਾ, ਪਰ ਜਾਣਦਾ ਕੋਈ ਨਹੀਂ ਸੀ, ਸਗੋਂ ਉਹ ਤੇ ਆਪ ਵੀ ਆਪਣਾ ਨਾਂ ਨਹੀਂ ਸੀ ਜਾਣਦਾ। ਜਦ ਕਿਸੇ ਨੇ ਪਾਂਡੀ ਕਹਿ ਕੇ ਆਵਾਜ਼ ਦਿੱਤੀ, ਉਹਦੇ ਪੈਰ ਉੱਡਦੇ ਉੱਡਦੇ ਰੁਕ ਜਾਂਦੇ ਸਨ ਤੇ ਅੱਖਾਂ ਚਾਰ ਚੁਫੇਰੇ ਵੇਖਣ ਲੱਗ ਪੈਂਦੀਆਂ ਸਨ। ਇੱਕ ਦਿਨ ਦੀ ਗੱਲ ਹੈ, ਉਹ ਚੌਪਹੇਰੀ ਦੇ ਅੰਦਰ ਕੋਠੜੀ ਵਿੱਚ ਸੁੱਤਾ ਪਿਆ ਸੀ ਤੇ ਬਾਹਰ ਉਹਦੀ ਵੋਟੀ ਚੁੱਲ੍ਹਾ ਚੌਕਾ ਪਾਈ ਕਰਦੀ ਸੀ। ਉਹਦੇ ਵੱਡੇ ਮੁੰਡੇ ਨੇ ਇਸ਼ਾਰੇ ਨਾਲ ਕਿਹਾ, ਉਹ ਫੜਾ। ਮੁੰਡੇ ਨੇ ਇੱਧਰ ਉੱਧਰ ਵੇਖਿਆ ਤੇ ਪੁੱਛਿਆ, ਮਾਂ ਕੀ ਫੜਾਵਾਂ? ਉਹਦੀ ਮਾਂ ਨੇ ਉਹਨੂੰ ਫੇਰ ਪਹਿਲਾਂ ਵਾਂਗ ਆਖਿਆ ਤੇ ਮੁੰਡਾ ਆਪਣਾ ਜਵਾਬ ਦੋਹਰਾ ਦਿੱਤਾ, ਮਾਂ ਤੁਹਾਡੇ ਗੱਚ ਨਾਲ ਬੋਲੀ। ਟੁੱਟ ਪੈਣਿਆ, ਹਾਂਡੀ ਹਾਂਡੀ ਹਾਂਡੀ। ਮੁੰਡੇ ਤੇ ਅਜੇ ਉੱਥੇ ਹੀ ਖਲੋਤਾ ਸੀ ਤੇ ਪਾਂਡੀ ਸੁੱਤਾ ਪਿਆ ਅੰਦਰੋਂ ਉੱਠ ਕੇ ਬਾਹਰ ਆ ਕੇ ਪੁੱਛਣ ਲੱਗਾ, ਕੌਣ ਸੀ? ਤੇ ਉਹਦੀ ਵੋਟੀ ਟੋਰਾ ਪੋਰਾ ਹੋਈ ਉਹਦੇ ਮੂੰਹ ਵੇਖਣ ਲੱਗ ਪਈ ਸੀ ਤੇ ਉਹ ਆਪ ਅੱਖਾਂ ਮਲਦਾ ਅੰਦਰ ਚਲਾ ਗਿਆ ਸੀ। ਆਖਾਂ ਲੱਖ ਵਾਰੀ ਮਲ ਕੇ ਵੇਖੀ ਤੇ ਭਾਵੇਂ ਪਾੜ ਪਾੜ ਕੇ ਜਿਸ ਸ਼ਹਿਰ ਦੇ ਵਜੂਦ ਹੈ ਕੋਈ ਨਾ ਹੋਵੇ, ਉਹਨੇ ਨਜ਼ਰ ਕੀ ਆਉਣਾ ਹੈ ਤੇ ਜਿਹੜੀ ਸ਼ਹਿ ਨੂੰ ਉਹ ਲੱਭਦਾ ਸੀ ਉਹ ਸੀ ਖੁਸ਼ਨਸੀਬੀ, ਜਿਹਦਾ ਵਜੂਦ ਉਹਦੇ ਲਈ ਕੋਈ ਨਹੀਂ ਸੀ, ਜਿਉਂ ਜੰਮੇ ਤੋਂ ਪੌਂਦਿਆਂ ਲੰਮਾ ਵਾਲਾ ਹਿਸਾਬ ਸੀ। ਗਰੀਬ ਮਾਪਿਆਂ ਦੇ ਘਰ ਜਨਮ ਲੈ ਕੇ ਉਹ ਖੰਘ ਦੀਆਂ ਲੋਰੀਆਂ ਤੇ ਹੌਕਿਆਂ ਦੇ ਗੀਤ ਗਾ ਕੇ ਬਚਪਨ ਦੀਆਂ ਹੱਦਾਂ ਵਿੱਚ ਆਇਆ। ਇੱਥੋਂ ਉਹਨੇ ਰੁੱਤਾਂ ਨਾਲ ਲੁੱਕਣ ਮਿੱਟੀ ਖੇਡੀ। ਖਾਲਾ ਉਹਨੂੰ ਚੁਹਣ ਆਉਂਦਾ ਤੇ ਉਹ ਭੱਜ ਕੇ ਮਾਂ ਦੇ ਬੁੱਕਲ ਵਿੱਚ ਆ ਲੁਕਦਾ, ਜਿਹੜੀ ਅੱਗੇ ਹੀ ਠੰਡੀ ਹੁੰਦੀ। ਇਹ ਸੁਣ ਕੇ ਉਹਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਉਹ ਜਵਾਨ ਵੀ ਹੈ। ਪਰ ਗਰੀਬਾਂ ਦੀ ਜਵਾਨੀ ਵੀ ਕੋਈ ਜਵਾਨੀ ਹੁੰਦੀ ਹੈ, ਨਾ ਚੜ੍ਹਦੀ ਤਾਂ ਪਤਾ ਲੱਗਦਾ ਹੈ, ਨਾ ਟਲਦੀ ਤਾਂ। ਸੋ ਉਸ ਜਵਾਨ ਕੰਮਕਾਰ ਲੱਭਣ ਖਾਤਰ ਜਦ ਸ਼ਹਿਰ ਵਿੱਚ ਨਿਕਲਿਆ ਤੇ ਉਹਨੂੰ ਪਤਾ ਲੱਗਾ ਕਿ ਕੰਮ ਨਾ ਦੀ ਵੀ ਕੋਈ ਸ਼ਹਿ ਹੈ ਬਾਜ਼ਾਰ ਵਿੱਚ, ਨਹੀਂ ਤਾਂ ਹੈਗੀ ਹੈ ਤੇ ਹੈਗੀ ਤੇ ਉਹਨੂੰ ਨਹੀਂ ਲੱਭ ਸਕਦੀ। ਇਸ ਲਈ ਕਿ ਉਹਦੇ ਹੱਥ ਵਿੱਚ ਹੁਨਰ ਕਸਬ ਕੋਈ ਨਹੀਂ ਸੀ। ਦੋ ਦਿਨ ਤੱਕਿਆਂ ਸੜਕਾਂ ਤੇ ਟੁੱਟਿਆ ਹੋਇਆ ਜੁੱਤੀਆਂ ਖੜਕਾਉਂਦਾ ਲੰਘ ਗਿਆ ਤੇ ਤੀਜੇ ਦਿਨ ਉਹ ਆਪ ਹੀ ਹਾਜੀ ਸਾਹਿਬ ਕੋਲ ਪੁੱਜਾ ਤੇ ਜ਼ਰਾ ਰੋਕ ਕੇ, ਜ਼ਰਾ ਚੁੱਕ ਕੇ, ਜ਼ਰਾ ਚੁੱਕਦਿਆਂ ਤੇ ਪੈਰਾਂ ਵੱਲ ਤੱਕਦਿਆਂ ਕਹਿਣ ਲੱਗਿਆ, ਹਾਜੀ ਸਾਹਿਬ ਜੀ ਜੀ ਮੈਂ? ਕੀ ਗੱਲ ਹੈ ਪੁੱਤਰ? ਹਾਜੀ ਸਾਹਿਬ ਨੇ ਹੌਲੀ ਜਿਹੀ ਪੁੱਛਿਆ। ਇਸ ਮੱਧਮ ਆਵਾਜ਼ ਵਿੱਚ ਸਾਦਗੀ ਸਾਦਗੀ ਵਿੱਚ ਪਿਆਰ ਤੇ ਪਿਆਰ ਵਿੱਚ ਪ੍ਰੀਤ ਸੀ। ਜੀ ਮੈਨੂੰ ਉਹਦੇ ਕੋਲ ਗੱਲ ਹੀ ਨਹੀਂ ਸੀ ਹੁੰਦੀ ਜੀ, ਮੈਨੂੰ ਕੋਈ ਕੰਮ ਨਹੀਂ ਲੱਭਦਾ ਭਾਈ, ਕੁਛ ਨਾ ਕੁਛ ਤੇ ਕਰਨਾ ਪਵੇਗਾ, ਹਾਜੀ ਸਾਹਿਬ ਨੇ ਹੋਕਾ ਭਰ ਕੇ ਕਿਹਾ। ਕੁਛ ਕਰਨ ਦਾ ਨਾ ਕੋਈ ਰੋਟੀ ਹੈ। ਉਹ ਨੀਵੀਂ ਪਾਈ ਚੁੱਪ ਖਲੋਤਾ ਸੀ। ਮੰਗਣਾ ਲਾਨਤ ਹੈ, ਚਾਕਰੀ ਜਹਿਮਤ ਤੇ ਮਿਹਨਤ ਰਹਿਮਤ ਹੈ, ਮੈਂ ਤੇ ਇਹ ਕੁਝ ਜਾਣਦਾ ਹਾਂ, ਹਾਜੀ ਸਾਹਿਬ ਨੇ ਉਸ ਦੀ ਪੀੜ ਵਿੱਚ ਡੁੱਬੀ ਹੋਈ ਆਵਾਜ਼ ਵਿੱਚ ਕਿਹਾ। ਕੋਈ ਕੰਮ ਨਹੀਂ ਲੱਭਦਾ, ਟਾਕਰੀ ਚੁੱਕ ਪਰ ਕਰਕੇ ਖਾ।
हाँ जी जी यकीन करो, मैं आज तक मंग के नहीं खादा ते हुण वी करके खाना चाहुंदा हाँ। शाबाश, हाजी साहब ने अपने सज्जा हाथ उदे खब्बे मोढ़े ते तर के कहा, एक ठेकेदार मैं जानू हैगा है, पलके उदा कोल चली जावी तेनू कम लग जावेगा। मैं जरूर जावांगा ते अगले दिन उदे सिर ते टोकर टोकरी विच मिट्टी गारा ते गारे मिट्टी विच रोजी सी जिन्हों ओ फरोल रहा सी। कई महीने काम इंज ही हुंदा रहा ते एक दिन हाजी साहब ने एक होर टोकरी उदे सिर ते रखी। टोकरी की डुबन वाले दा हथ डुबदे दे हथ विच फड़ा दिता। एक बेसारा यतीम कुड़ी नाल उदे चार कलमे पढ़ा दिते। कुछ चिर बाद जदों ठेकेदार दा ठेका खत्म होया ते मजदूरा दा काम भी मुक गया। काम मुक गया ते सारिया नू फिर पुरानिया सोचा नवे सिरों सोचनिया पईया। उदो गामे ने उनू सलाह दिती कि कुल कल मंडी जाके टोकरी चुकी। बस एह दिन सी जदो ओ पांडी दे रूप विच डल के सामने आया। गल खद्दर दा पुराना कुर्ता ते लक्के गटिया ते उच्ची खद्दर दी तोती। सिर ते पुराना खेस ते उदे ते टोकरा ते गल विच टाई हथ रस्सा। शुरू शुरू विच ओ गामे नाल मंडी पार चुकदा ते 10-12 बजे नल टोकरा लेके घर आ जांदा। जिनी दी कमाई जनानी दे हथ तरदा रोटी टुक खा के सो जांदा रहा। फिर गामे ते कहन ते ओ मीडियो वहला होके शहर दिया सड़का ते आ जांदा है ते दोपहर तो लेके सूरज डुबन लई फिरदा है। उदिया नजरा हर वेले पार लभदियां रहंदियां सन। तुरदियां फिरदियां कदी कोई जनानी पूरे दिना नालो उनू नजर आ जांदी सी ते ओ उदे मगर भी हो तुरदा सी। शायद ए सोचदा होवेगा कि सहल सलूक जनानी किसे वेले थक के अपना पार चुकाउण लई उनू आवाज मार लवेगी, पर ए कदी नहीं सी होया ते कदी नहीं होना। खुदाई ने उनू पार चुकाया ते खुदा भी पिछे क्यों रहंदा। हर साल उन्नू एक न्याणा देना शुरू कर दिता ते हुण 5 बाल उदी कोठड़ी विच कुड़लौंदे करबड़ौंदे सन ते उदा खर्चा किन्ना ही वध गया सी। आउण वाला अपना नसीब ते रिजक लै के आया, पर शायद उदे हिस्से विचों। अगे ओ 3 वेले खांदा सी, हुण 1 वेले। उदी तंगी नू कड निक्की वेख के हाजी साहब वड्डे मुंडे नू अपने कोल रख लिया सी, जेड़ा सारी दिहाड़ी उना कोल रहंदा ते रात पए कर आ जांदा सी। पर उठ के छाननी चुक लिया ते उदा केड़ा पार होला हो जांदा है। प्यो बनन तो पहला ओ डूंगी रात गए तीक सोच विच डुबिया रहंदा सी। उदो अपने बारे अपनी वोटी दी आपदी बलक बारे सोचदा सी। इन्हां सोचा विच आसां हुंदियां सन, सुंदर सुफने हुंदे सन जिन्हां ते उम्मीदा दा गूढ़े रंग टुलक मारदा सन ते प्यो बनन मगरों उदियां सोचा भी मोड़ मुड़ गईयां सन। हुण ओ औलाद बारे सोचदा सी, होण बारे सोचदा सी, कल बारे सोचदा सी ते इन्हां सोचा ते उम्मीदा दे रंग खूरे खूरे ते फिकरा विचरा दे रंग उगेवड़े नजर आंदे सन। हुण उन्नू हाजी साहिब दियां तसलियां जेड़ी ओ वेले को वेले दे जांदे सन दिल परचाउण वालियां गल्लां नजर आंदियां सन। हालांकि उन्नू तसलियां विच ओ ही प्यार ते प्यार विच ओ ही प्रीत सी। सोचां फिकरां ते रूप विच टलियां तसलियां दिल परचाउण वालियां गल्लां बाणियां ते आसा सदरा बन गईयां ते इह सारा ही कुछ इक्को ही नुक्ते दे आण कंठा होया सी। ओ नुक्ता सी रोटी दा, उदे सामने सिवाई इस दे होर गल नहीं सी
कि ਉਹ ਵੱਧ ਤੋਂ ਵੱਧ ਮਜ਼ਦੂਰੀ ਕਰੇ ਤੇ ਬਾਲਾਂ ਨੂੰ ਕਮ ਆਜ ਕਮ ਇੱਕ ਡੰਗ ਦੀ ਰੋਟੀ ਟਿੜ ਭਰ ਕੇ ਲੱਭ ਜਾਵੇ ਤੇ ਇਸ ਦੇ ਲਈ ਹੁਣ ਉਹਨੇ ਸੇਵਾ ਸਟਿਊ ਫਾਰ ਹੋ ਕੇ ਕੱਪੜੇ ਵਾਲੀ ਮੰਡੀ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ। ਇੱਥੇ ਪਹਿਲਾਂ ਪਹਿਲਾਂ ਤਾਂ ਉਹਨੂੰ ਬਹੁਤਾ ਕੰਮ ਨਹੀਂ ਲੱਭਾ, ਪਰ ਫਿਰ ਜਦੋਂ ਚਾਰ ਪੈਸੇ ਲੱਭਣ ਲੱਗ ਪਏ ਤੇ ਉਹਨੇ ਸੜਕਾਂ ਤੇ ਫਿਰ ਕੇ ਪਾਰ ਲੱਭਣ ਵੱਟ ਕੇ ਮੰਡੀ ਵਿੱਚ ਹੀ ਸਾਰੀ ਦਿਹਾੜੀ ਰਹਿਣਾ ਸ਼ੁਰੂ ਕਰ ਦਿੱਤਾ। ਵੇਲਾ ਹੌਲੀ ਹੌਲੀ ਆਪਣੇ ਡਗਰੇ ਆਪਣੀ ਟੋਰੀ ਲੱਗਾ ਜਾ ਰਿਹਾ ਸੀ। ਹਾਜੀ ਸਾਹਿਬ ਵਰੇ ਦੋ ਵਰੇ ਕੁਰਾਨ ਪਾਕ ਦਾ ਖਤਮ ਕਰਾਉਂਦੇ ਸਨ ਤੇ ਆਮ ਤੌਰ ਤੇ ਕਟਰੀ ਗਲੀ ਦੇ ਬਾਲਾਂ ਨੂੰ ਆਪਣੇ ਘਰ ਬੁਲਾ ਲੈਂਦੇ। ਜੋ ਨਜ਼ਰ ਨਿਆਜ਼ ਦੇਣੀ ਹੁੰਦੀ ਸੀ ਸਾਰਿਆਂ ਨੂੰ ਅੱਗੇ ਰੱਖ ਦਿੱਤੀ ਜਾਂਦੀ ਤੇ ਬਾਲਾਂ ਕੜਿਆਂ ਪਲਾਂ ਵਿੱਚ ਉਹਦਾ ਸਫਾਇਆ ਕਰਕੇ ਆਪਣੇ ਰਾਹੇ ਟੁਰ ਜਾਂਦੇ ਸਨ। ਅੱਜ ਉਹੀ ਦਿਨ ਸੀ ਤੇ ਹਾਜੀ ਸਾਹਿਬ ਆਪਣੀ ਆਦਤ ਮੁਤਾਬਿਕ ਇੱਕ ਇੱਕ ਦੇ ਘਰ ਫਿਰ ਕੇ ਬਾਲਾਂ ਨੂੰ ਸ਼ਾਮ ਲਈ ਆਉਣ ਦਾ ਕਹਿੰਦੇ। ਭਾਂਡੀ ਦੇ ਘਰ ਵੀ ਆਏ, ਖੁਆਰ ਕੇ ਬੂਹੇ ਦੇ ਨੂੰ ਠੋਕਰ ਕੇ ਅੰਦਰ ਲੰਘ ਆਏ। ਉਹਨਾਂ ਨੇ ਵੇਖਿਆ ਉਹਦਾ ਸਭ ਤੋਂ ਨਿੱਕਾ ਮੁੰਡਾ 1.5-2 ਵਰਿਆਂ ਦਾ ਚੱਲਾਂ ਨਾਲੋਂ ਮਿੱਟੀ ਲਾ ਲਾ ਕੇ ਪੂੜੇ ਸਵਾਦ ਨਾਲ ਖਾਂਦਾ ਸੀ। ਉਹਨੂੰ ਮਿੱਟੀ ਕੋਲੋਂ ਸੀਂਦ ਦਾ ਬਹੁਤ ਸਵਾਦ ਆਉਂਦਾ ਸੀ, ਜਿਹਨੂੰ ਉਹ ਪਲ ਪਲ ਜੀਭ ਨਾਲ ਚਟਦਾ ਸੀ। ਉਸ ਤੋਂ ਵੱਡਾ ਮੁੰਡਾ ਮਾਲਟੇ ਦੇ ਛਿਲੋੜ ਕੋਲੋਂ ਕੋਟਰੀ ਦਾ ਕੰਮ ਲੈ ਕੇ ਮਿੱਟੀ ਦੇ ਟੁੱਟੇ ਹੋਏ ਗਲ ਵਾਲੇ ਕੇੜੇ ਵਿੱਚ ਪਾਣੀ ਕੱਢ ਰਿਹਾ ਸੀ ਤੇ ਉਸ ਤੋਂ ਵੱਡੀ ਕੁੜੀ ਮਾਂ ਦੀਆਂ ਗੋਦੀ ਵਿੱਚ ਬੈਠੀ ਸਿਰ ਸੁਲਾ ਰਹੀ ਸੀ ਤੇ ਸਭ ਤੋਂ ਵੱਡੇ ਕੋਲ ਛੋਟਾ ਮੁੰਡਾ ਕੱਪੜੇ ਦੀ ਥਾਵਾਂ ਤੇ ਲੋਥੇ ਹੋਏ ਲੇਬਲਾਂ ਨੂੰ ਪਾਣੀ ਲਾ ਲਾ ਕੇ ਕੰਧਾਂ ਨਾਲ ਲਾ ਰਿਹਾ ਸੀ। ਪਾਂਡੀ ਦੀ ਵੋਟੀ ਹਾਜੀ ਸਾਹਿਬ ਦੇ ਹੁੰਕੇਰਨ ਨਾਲ ਚੁੰਨੀ ਦੇ ਇੱਕੋ ਇੱਕ ਸਲਾਮ ਪੱਲੇ ਨਾਲ ਸਿਰ ਤੇ ਕੱਜਦੀ ਰਹੀ ਤੇ ਹਾਜੀ ਸਾਹਿਬ ਨੂੰ ਸਲਾਮ ਕੀਤੀ। ਹਾਜੀ ਸਾਹਿਬ ਨੇ ਖੈਰੀਅਤ ਪੁੱਛੀ ਤੇ ਕਹਿਣ ਲੱਗੇ, ਕੁੜੀਏ ਬਾਲਾਂ ਨੂੰ ਸ਼ਾਮੀ ਭੇਜ ਦੇਵੀਂ, ਰੋਟੀ ਟੁੱਕਰ ਖਾ ਆਉਣਗੇ। ਅੱਛਾ ਜੀ। ਹਾਜੀ ਸਾਹਿਬ ਜਿਵੇਂ ਆਏ ਸੀ ਉਵੇਂ ਟੁਰ ਗਏ ਤੇ ਉਹ ਦਿਲ ਵਿੱਚ ਇੱਕ ਅਣਜਾਣੀ ਖੁਸ਼ੀ ਲੈ ਕੇ ਫਿਰ ਕੁੜੀ ਦਾ ਸਿਰ ਫਰੋਲਣ ਲੱਗ ਪਈ। ਸ਼ਾਮੀ ਦਾਲ ਰੋਟੀ ਖਾ ਕੇ ਮੁੰਡੇ ਹਾਜੀ ਸਾਹਿਬ ਦੇ ਘਰੋਂ ਨਿਕਲੇ ਤੇ ਸਾਰੇ ਖੁਸ਼ ਸਨ। ਇੱਕ ਦੂਜੇ ਨੂੰ ਛੇੜਨ, ਚੁੰਡੀਆਂ ਵਜਾਉਣ, ਗਾਲਾਂ ਕੱਢਣ, ਨੱਚਣ ਟੱਪਣ ਨਿਕਲੇ ਤੇ ਇੱਕ ਦੂਜੇ ਨੂੰ ਰੋਕ ਕੇ ਕਿਹਾ, ਇਹ ਚਾਰ ਰੋਟੀਆਂ ਖਾ ਲਈਆਂ ਨੇ। ਕਹਿਣ ਵਾਲਾ ਦਾ ਇਸ਼ਾਰਾ ਪਾਂਡੀ ਦੇ ਦੂਜੇ ਮੁੰਡੇ ਵੱਲ ਸੀ। ਕਦੋਂ ਓਏ ਖਾਧੀਆਂ ਨਹੀਂ ਹਨ? ਪਹਿਲੇ ਜ਼ਰਾ ਤੇਜ਼ ਹੋ ਕੇ ਬੋਲਿਆ, ਮੈਂ ਤੇ 3 ਖਾਧੀਆਂ ਨੇ। ਓਏ ਵੇਖ ਕੇ ਉਹਨਾਂ ਕਿੰਨਾ ਝੂਠ ਬੋਲਦਾ ਹੈ, ਮੇਰੇ ਸਾਹਮਣੇ 4 ਖਾਧੀਆਂ ਸਨ। ਵੱਡਾ ਹਜ਼ਰਤ ਦੀ ਕਸਮ, ਮੈਂ 3 ਹੀ ਖਾਧੀਆਂ ਨੇ, ਮੇਰਾ ਟਿੱਡ ਤੇ ਨਹੀਂ ਭਰਿਆ। ਪਾਂਡੀ ਦਾ ਮੁੰਡਾ ਕਸਮ ਖਾ ਕੇ ਟਿੱਡ ਭਰ ਗਿਆ ਤੇ ਉਹਦੀ ਭੈਣ ਨੂੰ ਉਹਨੂੰ ਕਿਹਾ, ਤੂੰ ਝੂਠ ਬੋਲਿਆ ਹੈ, ਤੈਨੂੰ ਅੱਲਾ ਮੀਆਂ ਤੱਤੀਆਂ ਸਿੱਖਾ ਲਾਏਗਾ। ਇਹ ਕਹਿ ਕੇ ਉਹ ਆਖ ਵੀ ਕੋਲ ਗਈ। ਇੱਕ ਹੋਰ ਮੁੰਡਾ ਜਿਹੜਾ ਹਾਲ ਕੀਤੇ ਚੁੱਪ ਸੀ, ਪਾਂਡੀ ਦੇ ਵੱਡੇ ਮੁੰਡੇ ਤੇ ਦੇ ਗਲ ਵਿੱਚ ਬਾਂਹ ਪਾਈ ਚੁੱਪ ਛਾਪ ਤੁਰਿਆ ਜਾਂਦਾ ਸੀ। ਇਹ ਦੋਵੇਂ ਮਿਸਤੇ ਕੱਠੇ ਹੀ ਪੜਦੇ ਸਨ। ਪਹਿਲੀ ਵਾਰੀ ਬੋਲਿਆ, ਯਾ ਛੇਦੇ, ਅੱਲਾ ਮੀਆਂ ਕਿੱਥੇ ਰਹਿੰਦੇ ਨੇ? ਛੇਦੇ ਉਹਦੇ ਵੱਲ ਇੰਜ ਤੱਕਿਆ ਜਿਵੇਂ ਇਹੋ ਇੱਕ ਸਵਾਲ ਉਹ ਕਹਿਣ ਵਾਲੇ ਕੋਲੋਂ ਪੁੱਛਣਾ ਚਾਹੁੰਦਾ ਸੀ। ਪਹਿਲਾਂ ਉਹਨੂੰ ਚੁੱਪ ਵੇਖ ਕੇ ਕਹਿਣ ਲੱਗਾ, ਮੌਲਵੀ ਹੋਰੀ ਕਹਿੰਦੇ ਨੇ ਅੱਲਾ ਮੀਆਂ ਕੁਛ ਖਾਂਦੇ ਵੀ ਨਹੀਂ, ਸੌਂਦੇ ਵੀ ਨਹੀਂ ਤੇ ਇੱਥੇ ਹੀ ਰਹਿੰਦੇ ਨੇ, ਪਰ ਨਜ਼ਰ ਕਿਸੇ ਨੂੰ ਨਹੀਂ ਆਉਂਦੇ। ਛੇਦਾ ਆਪਣੀ ਹਯਾਤੀ ਵਿੱਚ ਪਹਿਲੀ ਵਾਰ ਕੁਛ ਸੋਚ ਰਿਹਾ ਸੀ ਤੇ ਫਿਰ ਉਹਨੇ ਛੇਤੀ ਛੇਤੀ ਅੱਖਾਂ ਚਮਕਦਿਆਂ ਤੇ ਕਹਿਣ ਲੱਗਾ, ਲੈ ਭਾਈ। ਉਹਨੇ ਉਹਦੀ ਬਾਂਹ ਆਪਣੇ ਮੋਢੇ ਤੇ ਲਾ ਸੁੱਟੀ ਤੇ ਪੈਣ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ,
ਇਹਦਾ ਪਿਓ ਹੀ ਅੱਲਾ ਮੀਆਂ ਇਹਦਾ ਪਿਓ ਹੈ ਅੱਲਾ ਮੀਆਂ। ਦੂਜਾ ਮੁੰਡਾ ਗੱਲ ਸੁਣ ਕੇ ਹੈਰਾਨ ਜਿਹਾ ਹੋ ਗਿਆ ਅਤੇ ਛੇਦੇ ਨੂੰ ਉਹਨੂੰ ਯਕੀਨ ਦਵਾਉਣ ਲਈ ਦਲੀਲ ਦਿੱਤੀ। ਮੈਂ ਦੇਖਿਆ ਹੈ ਉਹ ਰਾਤ ਨੂੰ ਵੀ ਨਹੀਂ ਸੁਣਦੇ ਅਤੇ ਖਾਂਦੇ ਵੀ ਕੁਛ ਨਹੀਂ। ਅੱਲਾ ਮੀਆਂ ਹੈਗਾ ਹੈ। ਉਹ ਖੌਫ ਮੰਨਿਆ ਕਿ ਨਾ ਪਰ ਛੇਦਾ ਜ਼ਰੂਰੀ ਹੈ, ਪਰ ਆਪਣੇ ਦਿਲ ਵਿੱਚ ਪਿਓ ਨੂੰ ਅੱਲਾ ਮੀਆਂ ਬਣਾ ਲਿਆ ਸੀ। ਰਾਤੀ ਪਾਂਡੀ ਘਰ ਆਇਆ ਅਤੇ ਉਹਨੇ ਜਨਾਨੀ ਨੂੰ ਪੈਸੇ ਦਿੱਤੇ ਅਤੇ ਉਹਨੂੰ ਫੜਦਿਆਂ ਹੀ ਕਿਹਾ, ਅੱਜ ਦੇ ਪੈਸੇ ਵੱਧ ਲੱਗਦੇ ਨੇ। ਪਾਂਡੀ ਨੇ ਬੁੱਲਾਂ 'ਤੇ ਇੰਨੀ ਦੇਰ ਮੁਸਕਰਾਟ ਰਹੀ ਜਿੰਨਾ ਚਿਰ ਰੇਤ ਦੇ ਢੇਰ ਵਿੱਚ ਪਾਣੀ ਦਾ ਤੁੱਕਾ। ਨਵੀਂ ਮੰਡੀ ਬਣੀ ਹੈ, ਮੈਂ ਅੱਜ ਉੱਥੇ ਹੀ ਕੰਮ ਕਰਨ ਲੱਗ ਪਿਆ ਸੀ। ਅਗਲੇ ਦਿਨ ਉਹ ਰੋਜ਼ ਵਾਂਗੂ ਸੇਵਾ ਮੰਡੀਓਂ ਕੱਪੜੇ ਵਾਲੀ ਨਵੀਂ ਮੰਡੀ ਵਿੱਚ ਆਇਆ। ਮੰਡੀ ਦੀਆਂ ਪੂਰੀਆਂ ਦੁਕਾਨਾਂ ਹਜੇ ਨਹੀਂ ਸਨ ਖੁੱਲੀਆਂ। ਉਹਨੇ ਪੂਰੀ ਮੰਡੀ ਦਾ ਚੱਕਰ ਨਹੀਂ ਸੀ ਲਾਇਆ ਕਿ ਇੱਕ ਬੰਦੇ ਨੇ ਉਹਨੂੰ ਬੁਲਾਇਆ। ਕੱਪੜੇ ਦੀਆਂ ਚਾਰ ਗੰਢਾਂ ਜਿਹੜੀਆਂ ਬੰਦ ਦੁਕਾਨ ਦੇ ਥੇੜੇ 'ਤੇ ਪਈਆਂ ਸਨ, ਵੇਖ ਕੇ ਕਹਿਣ ਲੱਗਾ, ਬਾਹਰ ਲੈ ਚੱਲ ਪਾਈ। ਚਾਰ ਹੈ? ਪਾਂਡੀ ਨੇ ਪੁੱਛਿਆ। ਆਹੋ, ਪਹਿਲੇ ਇੱਕ ਚੁੱਕ ਅਤੇ ਮੇਰੇ ਮਗਰ ਮਗਰ ਆ ਜਾ। ਇਹ ਕਹਿ ਕੇ ਉਹ ਅੱਗੇ ਤੁਰ ਪਿਆ ਅਤੇ ਪਾਂਡੀ ਗੰਢਾਂ ਸਿਰ 'ਤੇ ਲੈ ਕੇ ਉਹਦੇ ਮਗਰ ਮਗਰ। ਦੋਵੇਂ ਕਾਫੀ ਦੂਰ ਨਿਕਲ ਗਏ ਸਨ ਕਿ ਕਿਸੇ ਨੇ ਪਾਂਡੀ ਦੇ ਸਿਰ ਉੱਤੇ ਪਰੀ ਗੰਢਾਂ ਨੂੰ ਪਿੱਛੇ ਝਟਕੇ ਨਾਲ ਖਿੱਚਿਆ। ਉਹ ਪੁਰਾਣਾ ਪਾਂਡੀ ਨਾ ਹੁੰਦਾ ਜਾਂ ਆਪਣੇ ਆਪ ਨੂੰ ਸੰਭਾਲ ਨਾ ਲੈਂਦਾ ਤੇ ਉਹਦੀ ਗਰਦਨ ਦਾ ਮਣਕਾ ਜ਼ਰੂਰ ਟੁੱਟ ਜਾਂਦਾ। ਪਾਂਡੀ ਨੇ ਇੱਕ ਨਜ਼ਰ ਵਿੱਚ ਖਿੱਚ ਕੇ ਸੁੱਟਣ ਵਾਲੇ ਨੂੰ ਵੇਖਿਆ ਅਤੇ ਦੂਜੀ ਨਜ਼ਰ ਵਿੱਚ ਡਿੱਗੀ ਹੋਈ ਗੰਢ ਨੂੰ। ਇਹ ਕਿੱਥੇ ਲੈ ਕੇ ਚੱਲੇ ਹੈ? ਉਹਨਾਂ ਕੋਲੋਂ ਪੁੱਛਿਆ। ਕਿਹਦੇ ਕੋਲੋਂ ਪੁੱਛਿਆ? ਪਾਂਡੀ ਨੇ ਇੱਧਰ ਉੱਧਰ ਦੇਖਿਆ, ਗੰਢਾ ਚੁਕਾਉਣ ਵਾਲਾ ਉਹਨੂੰ ਨਜ਼ਰ ਨਹੀਂ ਸੀ ਆਇਆ। ਉਹ ਚੋਰ ਦਿਆ ਪੁੱਤਰ ਦਿਨ ਦੀਵੀ ਗੰਢਾ ਲੈ ਜਾਂਦਾ ਹੈ। ਇਹ ਕਹਿ ਕੇ ਉਹਨੇ ਐਡੀ ਜ਼ੋਰ ਨਾਲ ਚਪੇੜ ਉਹਦੇ ਮੂੰਹ 'ਤੇ ਮਾਰੀ ਕਿ ਪਾਂਡੀ ਚਕਰਾ ਗਿਆ ਅਤੇ ਫਿਰ ਕਈ ਬੰਦੇ ਦੇ ਅਣਗਿਣਤ ਹੱਥਾਂ। ਉਹਨੇ ਬੜੀ ਮੁਸ਼ਕਿਲ ਨਾਲ ਕਿਹਾ, ਭਾਜੀ ਮੈਂ ਇੱਕ ਘੁੰਮਣ ਹੋਰ ਵੱਜਿਆ। ਉਹਦੀ ਆਵਾਜ਼ ਕਿਸੇ ਨਾ ਸੁਣੀ, ਪਰ ਉਹ ਦੂਜਿਆਂ ਦੀ ਆਵਾਜ਼ਾਂ ਸੁਣ ਰਿਹਾ ਸੀ। ਇਹਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਇਹਦਾ ਹੱਡ ਗੋਡਾ ਟੁੱਟ ਜਾਵੇ। ਬਸ ਬਹੁਤ ਬਹੁਤਾ ਨਾ ਮਾਰੋ, ਥਾਣੇ ਲੈ ਚਲੋ। ਇਸ ਤੋਂ ਅੱਗੇ ਉਹ ਹੋਰ ਕੁਛ ਨਾ ਸੁਣ ਸਕਿਆ, ਨਾ ਆਪਣੇ ਪੈਰੀ ਖਲੋ ਸਕਿਆ। ਗੰਢ ਵਾਂਗੂ ਪਾਈ ਦਾ ਡੰਗਾ ਇਕੱਠੇ ਹੋਣ ਵਾਲੇ ਇੱਕ ਇੱਕ ਦੋ ਦੋ ਕਰਕੇ ਖਿਲਰ ਗਏ ਅਤੇ ਉਹਦੇ ਕੋਲ ਦੋ ਹੀ ਰਹਿ ਗਏ, ਜਿਨ੍ਹਾਂ ਵਿੱਚੋਂ ਇੱਕ ਤੇ ਦੂਜੀ ਨੇ ਕਿਹਾ, ਜਾ ਕਿਸੇ ਪਾਂਡੀ ਨੂੰ ਲੱਭ ਕੇ ਲਿਆ, ਗੰਢਾਂ ਨੂੰ ਪਹੁੰਚਾਈਏ। ਇਹ ਆਵਾਜ਼ ਉਹਦੇ ਕੰਨੀ ਪਈ ਅਤੇ ਉੱਠਣਾ ਚਾਹਿਆ, ਪਰ ਉਹਦੇ ਕੋਲੋਂ ਉੱਠਿਆ ਨਾ ਗਿਆ। ਉਹਨੇ ਕਹਿਣਾ ਚਾਹਿਆ ਕਿ ਪਾਂਡੀ ਲੱਭਦੇ ਹੋ, ਮੈਂ ਵੀ ਤੇ ਪਾਂਡੀ ਹਾਂ, ਪਰ ਉਹ ਕਹਿ ਨਾ ਸਕਿਆ ਅਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਬੇਹੋਸ਼ ਹੋ ਗਿਆ।